ਗੱਡੀ ਆਈ ਤਕਰੀਬਨ ਕੋਈ ਨਾ ਸਾਡਾ ਤ੍ਰਿਆ ਦੀ ਹੋ ਗਿਆ ਕਰਾਚੀ ਗੱਡੀ ਕੋਈ ਨਹੀਂ ਲੋਡ ਹੁੰਦੀ ਪਈ ਉਤੋਂ ਕੱਲ ਹੋਟਲ ਤੋਂ ਗੱਡੀ ਕੱਢ ਕੇ ਨਹੀਂ ਇੱਥੇ ਆਉਂਦੀ ਹੈ ਰਾਤੀ ਲੋਡ ਹੋਣੀ ਹੈ ਲੇਕਿਨ ਉਹ ਮਾਲ ਕੁਦਰਤੀ ਗੱਲ ਹੈ ਕਿ ਇਸ ਤਰੀਕੇ ਦਾ ਬਣਿਆ ਕਿ ਗੱਡੀ ਲੋਡ ਕੋਈ ਨਾ ਹੋਵੇ ਇੱਥੇ ਹੁਣ ਉਹ ਜਗ੍ਹਾ ਜਿੱਥੇ ਬਾਹਰ ਖੜੇ ਨੇ ਗੱਡੀ ਉੱਥੇ ਆ ਗਏ ਜਨਾਬ ਉਹ ਮੰਡੀ ਵਾਲੇ ਕਮੇਟੀ ਦੇ ਵਾਲੇ ਉਹਨਾਂ ਦਾ ਕੀ ਦਿਲ ਹੁੰਦਾ ਵੀ ਅਗਰ ਗੱਡੀਆਂ ਕੱਢਣ ਨਾ ਮੋੜੇ ਨਾ ਬਿਲਾਇਆ ਤਾਂ ਵਾਪਸ ਜੋ ਕਿਉਂ ਆਉਣੀ ਹੁੰਦੀ ਹੈ ਚਲੋ ਹੋਰ ਨੇ ਤਾਂ 100 ਰੁਪਏ ਹੋਰ ਪਰਚੇ ਦਾ ਤਾਂ ਜੁੜਦਾ ਅਸਾਂ ਉੱਥੋਂ ਗੱਡੀ ਕੱਢੀ ਹੈ ਤਾਂ ਇੱਥੇ ਨਾ ਅੱਡਾ ਹੈ ਅਤੇ ਇੱਥੇ ਹੀ ਇਹਦੇ ਬੂਹੇ 'ਤੇ ਆ ਕੇ ਤਾਂ ਖਿਲਾਰੀ ਚਾਹੇ ਮੈਂ ਕਿਹਾ ਬਾਹਰ ਕੱਢ ਲਿਆ ਜਾਵੇ ਤਾਂ ਮੋੜ ਜਦੋਂ ਦੁਬਾਰਾ ਵੜਨਾ ਚਾਹੇ ਖਾਲੀ ਗੱਡੀ ਹੋਵੇ ਤਾਂ 100 ਰੁਪਏ ਦੇ ਕੇ ਅਤੇ ਤਾਂ ਗੱਡੀ ਅੰਦਰ ਲਿਆਉਣੀ ਪੈਂਦੀ ਹੈ ਯਾਰ ਇਸ ਲਈ ਨਾ ਗੱਡੀ ਲੋਡ ਵੀ ਹੋ ਜਾਣੀ ਹਾਈ ਲੇਕਿਨ ਮੈਂ ਆਪ ਥੋੜ੍ਹਾ ਢਿੱਲਾ ਇਸ ਤੁਰਿਆ ਕਿ ਮਾਲ ਮੇਰੀ ਕੋਸ਼ਿਸ਼ ਆਈ ਪੇਟੀ ਵਾਲੇ ਲੱਦਣ ਕਾਰਨ ਕਿ ਉਹਦਾ ਵਜ਼ਨ ਹੁੰਦਾ ਥੋੜ੍ਹਾ ਕਿਉਂਕਿ ਅੱਗੇ ਬੋਰੀ ਵਾਲਾ ਲਦੀਵੇ ਨਾ ਅਤੇ ਦੋਂਤ ਪੈ ਜਾਵੇ ਤਾਂ ਪਿੱਛੇ ਐਂਡ 'ਤੇ ਜਾ ਕੇ ਗੱਡੀ ਜਿਹੜੀ ਵਜਾਉਣੀ ਪੈਂਦੀ ਹੈ ਨਾ ਉਹ ਘਸਾਰਾ ਉੱਥੇ ਪੂਰੀ ਹੋ ਜਾਂਦੀ ਹੈ ਜਿਹੜਾ ਕੋਈ ਕਿਰਾਇਆ ਵੱਧ ਹੁੰਦਾ ਹੈ ਨਾ ਉਹ ਗੱਡੀ ਤਾਂ ਡੀਜ਼ਲ ਪੀ ਜਾਂਦੀ ਹੈ ਸਾਫ ਦਰ ਜੇ ਵਜ਼ਨ ਹੋਣਾ ਮੋੜ ਗੱਡੀ ਤੁਸੀਂ 80-90 'ਤੇ ਰੱਖਣੀ ਹੈ ਤਾਂ ਡੀਜ਼ਲ ਤੋਂ ਪੀਵਣਾ ਹੀ ਪੀਵਣਾ ਅੱਜ ਇਨਸ਼ਾਅੱਲਾ ਤਾਲਾ ਨਾ ਇਹੋ ਲੱਸਾਂ ਹੈ ਚਲੋ 5000 ਘੱਟ ਵੱਜ ਜਾ ਸੀ ਨਾ ਲੇਕਿਨ ਮਾਲ ਹਲਕਾ ਲੱਦਣਾ ਹੈ ਸ਼ਿਮਲਾ ਮਾਰੇ ਲੱਸਾਂ ਹੈ ਪੇਟੀਆਂ ਲਈ ਇਹ ਉਹ ਜਗ੍ਹਾ ਹੈ ਜਿੱਥੇ ਨਾ ਗੱਡੀ ਮੰਡੀ ਦੇ ਵਿੱਚ ਅੰਦਰ ਵਾੜ ਕੇ ਨਾ ਅਤੇ ਇੱਥੇ ਅਸੀਂ ਖਲ ਰਹਿੰਦੇ ਹਾਂ ਅੱਗੇ ਕਮੇਟੀ ਵੱਲੋਂ ਜਿਵੇਂ ਤੁਹਾਨੂੰ ਦੱਸਿਆ ਨਾ ਆਉਣ 'ਤੇ ਸਾਰੇ ਗੱਡੀਆਂ ਵਾਲੇ ਅੱਗੇ ਪਿੱਛੇ ਹੋ ਗਏ ਸਾਡਾ ਸੋਡਾ 'ਤੇ ਨਾ ਮੈਂ ਗੱਡੀ ਜਾ ਕੇ ਉੱਧਰ ਚਖਲਾ ਰਹੀ ਹੈ ਜਿਵੇਂ ਪਿੱਛੇ ਅੱਗੇ ਤੁਸੀਂ ਵੇਖਿਆ ਅਤੇ ਹੁਣ ਉਹ ਆ ਕੇ ਨਾ ਤੁਹਾਨੂੰ ਘੰਟਾ ਡੇਢ ਹੋ ਗਿਆ ਕਮੇਟੀ ਵਾਲੇ ਅੱਗੇ ਪਿੱਛੇ ਹੋ ਗਏ ਸਾਰੇ ਗੱਡੀਆਂ ਲਿਆ ਕੇ ਲਾ ਛੋੜੀਏ ਅਤੇ ਮੈਂ ਛੋਰ ਨੂੰ ਫੋਨ ਕੀਤਾ ਮੈਂ ਇੱਕ ਗੱਡੀ ਲਾਇਆ ਇੱਥੇ ਬਾਹਰ ਲਾ ਲਈਏ ਕਿਉਂਕਿ ਉੱਥੇ ਅੱਡੇ ਦੇ ਸਾਹਮਣੇ ਜਿੱਥੇ ਗੱਡੀ ਖਲੋਤੀ ਹੈ ਉਹ ਨਾਲ ਆੜਾ ਅਤੇ ਉਹਨਾਂ ਦਾ ਹੁਣੇ ਮਾਲ ਆਵਣ ਵਾਲਾ ਹੈ ਅਤੇ ਉਹਨਾਂ ਹੁਣੇ ਉੱਥੋਂ ਨਾ ਗੱਡੀ ਕਢਵਾਉਣੀ ਆਈ ਉੱਥੇ ਨਸੌੜਾ ਸਾਨ ਹੋ ਜਾਂਦਾ ਇੱਥੇ ਚਲੋ ਨਾ ਜਗ੍ਹਾ ਖੁੱਲ੍ਹੀ ਹੁੰਦੀ ਹੈ ਲੇਕਿਨ ਇੱਕ ਯਾਰ ਇੱਥੇ ਨੇ ਕਿਰਾਚੀ ਮੱਛਰ ਇਤਨਾ ਹੈ ਨਾ ਕਿ ਸਾਡੇ ਪੰਜਾਬੀ ਆ ਦੇਣ ਕਿ ਚਿੜੀ ਚਿੜੀ ਜਿਹੜਾ ਨਾ ਮੱਛਰ ਹੈ ਤਾਂ ਗੱਲ ਵਾਕਿਆ ਹੀ ਇੰਨੀ ਹੈ ਕਿ ਇੱਥੇ ਚਿੜੀ ਚਿੜੀ ਜਿਹੜਾ ਮੱਛਰ ਹੈ ਜਿੱਥੇ ਵੇਖ ਸੁਣੋ ਤੁਸੀਂ ਹਰ ਬੰਦਾ ਨਾ ਗੱਡੀ ਵਾਲੇ ਨੂੰ ਖਾਵਣ ਦੇ ਚੱਕਰਾਂ ਦੇ ਵਿੱਚ ਹੁੰਦਾ ਹੈ ਅਤੇ ਮੁੜ ਸਾਰਿਆਂ ਨੂੰ ਕਾਵੜ ਹੀ ਚੜਦੀ ਹੈ ਗੱਡੀ ਵਾਲੇ 'ਤੇ ਆਏ ਹੁਣ ਸਾਡੇ ਸਾਹਮਣੇ ਨੂੰ ਗੱਡੀ ਖਲੋਤੀ ਹੈ ਆਏ ਸੁਬਹ ਦਾ ਖਲੋਤਾ ਜਨਾਬ ਇਹ ਮੁਲਤਾਨ ਦੀ ਗੱਡੀ ਹੈ ਖੇਰਾ ਪਾ ਕੇ ਖਲੋਤਾ ਹੈ ਵਿਚਾਰਾ ਗੱਡੀ ਇਹਦੀ ਲੋਡ ਇਹ ਮੇਰੇ ਖਿਆਲ ਹੈ ਇਸ ਨਾਲ ਕਿ ਇਹਦੇ ਅੱਗੇ ਮਾਰਕੀਟ ਘੱਟ ਆਉਣੀ ਹੈ ਖੀਰੇ ਦੀ ਅਤੇ ਵਪਾਰੀ ਇਹਦੀ ਨੇ ਗੱਡੀ ਖਾਲੀ ਕੋਈ ਨਹੀਂ ਕੀਤੀ ਹੁਣ ਇਹ ਦੱਸੋ ਕਿ ਇਸ ਦੀ ਮਾਰਕੀਟ ਘੱਟ ਜਾਂ ਵੱਧ ਹੋਣ ਦੇ ਵਿੱਚ ਕੋਈ ਗੱਡੀ ਵਾਲੇ ਦਾ ਕਸੂਰ ਹੈ ਇਹਨੂੰ ਇਹਦੀ 1500 ਰੁਪਈਆ ਦਿਹਾੜੀ ਡਿਵਣੀ ਹੈ ਅਤੇ 1500 ਰੁਪਈਆ ਡਰਾਈਵਰ ਦਾ ਰੋਟੀ ਖਰਚਾ ਹੈ ਦਿਹਾੜੀ ਦਾ ਇਹ ਹਾਲਾਤ ਹੈ ਜੀ ਅਤੇ ਜਿਸ ਵੇਲੇ ਵੇਖ ਸੋ ਸਾਰੀਆਂ ਜਿਹੜੀਆਂ ਚਟੀਆਂ ਹਨ ਉਹ ਗੱਡੀ ਦੇ ਖਾਤੇ ਨਾ ਇਹ ਗੱਡੀ ਉਹ ਹੈ ਜੀ 9272 ਜਿਸ 'ਤੇ ਮੈਂ ਜੰਗੂ ਬਹਿ ਕੇ ਆਇਆ ਮੋ ਅਤੇ ਇਹ ਅੱਜ ਆਪਣੇ ਇੱਥੇ ਆ ਕੇ 4th ਦੇ ਅਤੇ ਸਾਡਾ ਫੋਰਮੈਨ ਕਿਤੇ ਹੀ ਨੇ ਫੋਰਮੈਨ ਇਹ ਕਿਤੇ ਗਿਆ ਯਾਰ ਹੈ ਪਤਾ ਜੀ ਸਾਡਾ ਫੋਰਮੈਨ ਕਿਤਨੇ ਦਿਨ ਬਾਅਦ ਫੜਿਓ ਜੀ ਮੁਬਾਰਕ ਹੀ ਨੇ ਸ਼ੁਕਰ ਹੈ ਪੜੇ ਆਇਓ ਕਿਰਾਈਆਂ ਇਹ ਦੱਸੋ ਕਿਤਨੇ ਦਿਨ ਹੋ ਗਏ ਜੀ ਉੱਥੋਂ ਨਿਕਲਿਆ ਢੋਬੇ ਚੋਂ 3 ਰਾਤ ਤੇ 3 ਰਾਤੀ ਹੋ ਗਈ ਤੈਨੂੰ ਅੱਜ ਇੱਥੇ ਪੜਦੇ ਰਾਤ ਦੇ ਸੁੱਤਾ ਰਿਹਾ ਦੋਨ ਬੰਦੀ ਰਹੀ ਕੀ ਕਰੀਏ ਯਾਰ ਦੋਨ ਦੇ ਵਿੱਚ ਅਸੀਂ ਤਾਂ ਅੰਨੇ ਅੱਲਾ ਦੇ ਬੰਦਿਆ ਕਿ ਤੇਰੇ ਹਲ ਕੋ ਬੱਕਰੀਆਂ ਕੁਠਾਉਂਦੀ ਰਹੀ ਦੋਨ ਦੋਨ ਰੋਡ ਦੇ ਸਿੰਧੀ ਸ਼ਾਇ ਕੋਈ ਨਾ ਗੱਡੀ ਨਾ ਫੋਰਮੈਨ ਸਾਡਾ ਪੜਿਆ ਖੈਰ ਨਾਲ ਇਹਨੂੰ ਲਾ ਜਾਂਦਾ ਆਇਆ ਬੜੇ ਦਿਨ ਤੋਂ ਬਾਅਦ ਮੇਰੇ ਕੋਲ ਪੁੱਛਦਾ ਵਧਾਈ ਜਾਣੇ ਹੁਣ ਮੈਂ ਮੰਡੀ ਚ ਜਾਣੇ ਇਸ ਟਰਨ ਤੋਂ ਮੁੜਾਂ ਹੀ ਅੱਗੋਂ ਤੋਂ ਅੱਲਾ ਬੰਦਾ ਝਾ ਗੱਲਾਂ ਕੀਤੀਆਂ ਕਰ ਯਾਰ ਹੁਣ ਤੇਰੇ ਸਾਹ ਜਿਹੜਾ ਜੋ ਹੋ ਕੇ ਆਇਆ ਸਾਹ ਦਿਹਾੜੇ ਹੋ ਗਏ ਤੇ ਤੂੰ ਜ਼ਿੰਦਗੀ ਤੇਰੀ ਗੁਜ਼ਰ ਗਈ ਇਸੇ ਰੂਟ ਤੇ ਤੇ ਇਸ ਆਖਿਆ ਵੀ ਚਲੋ ਤੁਹਾਨੂੰ ਹੋਟਲ ਤੋਂ ਨਾ ਕੜਾਈ ਖਵਾ ਲਿਆ ਸਾਡੇ ਤਾਂ ਪਹਿਲੇ ਦਿਲ ਇੱਕ ਦਾਲ ਦਾ ਪਾਲ ਖਾ ਕੇ ਤਾਂ ਸਹਿ ਜਾ ਵੀ ਆ ਇਸ ਆਖਿਆ ਜਣੇ ਕੜਾਈ ਖਾਣੀ ਲੈ ਕੇ ਠੀਕ ਹੈ ਟੁਰੋ ਆ ਜਾਓ ਬਈ ਜਸਪੀਰਾ ਰੋਟੀ ਖਾਣੀ ਮੁੜੇ ਇਹਨਾਂ ਆਖਿਆ ਪਸੰਦ ਪਾਲੀ ਨਾ ਕਿਤੋਂ
अज बड़े दिन तो बाद फोरमैन के नाल इकट्ठे होया तो फोरमैन गड्डी वेखी है तो है सुबह सुबह जनाब ना एक तो लड़दा पिया है गड्डी दी सफाई ना करंदे और की है ते और माल दे उन तेरे होंदे गड्डी नहीं लदींदी पे यार वेख मेरे होंदे जे मेरे होंदे तू आ गया हुन लगी भाई तेरा परंत मेरी गड्डी लदींदी है इत्थे आ जान के नहीं लदा और एक बंदा खैर कर के टमाटर सोना था मैं हूँ तेरा गिरान आई बैठा हुए ना ही लगा मना जी साडा वग गया हूँ भाई इन्हू शिकायत शिकूत ला के ना ते आप एक रात इतने नहीं सुकड़ी भाई इन तो बड़ा आदर आया कि रात जी रात टमाटर आई तो हालांकि रात उस गड्डी खाली की आई जी रात टमाटर आई तो गड्डी मेरी नहीं सुलद आई तो भाई तेरा इतने आई तो अगे पिछे आई सुबह सारा दिन ना फिरदा रहा अड्डिया तो सूरत अला ही कहना जी अगर कोई लोकल माल लभदा हुंदा तो मैं आप ही लोड करके ते वापसी हाले चु जाके प्याज पा ली आ उस मुड़ की काम किया जी फोन किया इस मीरपुर खास अड्डे वाले उस को पूछे कि सूरत हाल केले दी उस को लर लाए उस मैनू तो आता पिया जी उस आख्या जी दो दिन खलोसें तो त्रीए दिन गड्डी तेरी लोड हो सी मुड़ जी जड़ अड्डे वाले उसे जी को जमीना जमुना ही हैं उस आख्या है फोरमैन नू कि तू मेरी वास्ते ना तू गोबर भरी आ ते ए दुंबा टूल प्लाजा पिछे हटिया ने दुंबा गोठ ते दे आले दुआले ना उत्थे आवाम बैठी होंदी है रोडां दे नाल ना वह पैसे लेंदे ते ट्रक ना गोबर दा भर के देंदे उत गोबर भरी आ ते मैं तेरे को ना इत्थे मुल लै ली सो जिवें कोटे पराली जाके विछेंदे आई ने वह गया हूँ मैं दसेंदा पिया जी मैं तू 5,000 का लिया है तो अगे जाके 12,000 रुपये देना मेरे को उस अगले अड्डे वाले लेना है यानी कि 5,000 तो अपना आ गया तो 7,000 रुपया किराया कितों दौना मीरपुर खास का कराची चु निकल के मीरपुर खास का 7,000 रुपया किराया मुड़ा के सुख नहीं मेरी सलाह नहीं खैर वो किसा क्या हूँ ना 9,000 रुपया ना उस नाल मुकाया इस यानी कि 9,000 रुपया किराया तो 5,000 जेड़ा इतने भर के गया वो इतों क्यों गया भला कि उत्थे उन्होंने लारा है जंग दे किले का किले ने भावें जंग का लोड आना जंग का भावें मुड़ अपने इलाके का माल लभदा पे हो तो भावें को 2,000-4,000 घट ही होगा ना तो वह मुड़ कोई नहीं महसूस होंदा उतों जाके जंग का किला पे सी तो अपना जनाब वापसी असि भी इंशाल्लाह ताला अज राती गड्डी अपनी लोड कर सा ये आई भी साड़ी आई दी वीडियो चंगी लगे तो साडा चैनल ही सबसक्राइब करना मिलते हैं अगली वीडियो के तक अपने भीरां दी इजाजत दियो पाकिस्तान जिंदाबाद।